ਮੈਂ ਥੋੜ੍ਹਾ ਜਿਹਾ ਨੂੰ ਮੈਂ ਪੁੱਛਿਆ, ਮੈਂ ਕਿਹਾ ਗੱਡੀ ਵਿੱਚ ਆ? ਕਹਿੰਦੇ ਨਹੀਂ, ਗੱਡੀ ਪਰਸਨਲ ਆ। ਇਹ ਥੋੜ੍ਹਾ ਜਿਹਾ ਅਰਬਨ ਸਟਾਈਲ ਆ, ਬਾਹਰਲੀ ਬਣਾਈ ਹੋਈ ਆ। ਇੱਕ ਇੱਧਰ ਆ ਚੀਜ਼, ਟ੍ਰੇਨ ਦੇ ਓਰੀਜਨਲ ਡੱਬੇ ਖੜਾ ਰੱਖੇ ਆ ਬਾਈ ਉਹਨਾਂ ਨੇ, ਤੁਹਾਨੂੰ ਵੀ ਦਿਖਾਉਂਦੇ ਹਾਂ ਜੇ ਤਾਂ ਮਿਲ ਗਿਆ ਬਾਈ। ਬਹੁਤ ਰੀਜ਼ਨੇਬਲ ਅਤੇ ਬਹੁਤ ਘੈਂਟ ਬ੍ਰਾਂਡ ਆ ਬਾਈ। ਸਿੱਧੀ ਜਿਹੀ ਗੱਲ ਆ ਵੀ ਯਾਰ, ਹੋ ਗਿਆ ਗਰੀਬ ਇੱਥੇ, ਹੁਣ ਓਨੀ ਰੌਣਕ ਨਹੀਂ ਹੈਗੀ। ਹਾਂਜੀ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਆ ਗਏ ਨਵੇਂ ਵਲੌਗ ਦੇ ਨਾਲ। ਅੱਜ ਅਸੀਂ ਚੱਲੇ ਹਾਂ ਰੈਕੀ 'ਤੇ, ਆਪਣੇ ਸ਼ੂਟ ਦੇ ਰਿਗਾਰਡਿੰਗ ਲੋਕੇਸ਼ਨਸ ਦੇਖਣ ਚੱਲੇ ਹਾਂ। ਸੋ ਅੱਜ ਤੁਹਾਨੂੰ ਦਿਖਾਵਾਂਗੇ ਲੋਕੇਸ਼ਨਸ। ਅਗਲੇ ਗਾਣੇ ਦਾ ਬਹੁਤ ਛੇਤੀ ਸ਼ੂਟ ਕਰਨ ਲੱਗੇ ਹਾਂ ਬਾਈ, ਅਤੇ ਹੁਣ ਮੈਂ ਚੱਲਿਆ ਦੀਪ ਅਤੇ ਅਵਤਾਰ ਨੂੰ ਚੱਕਣ, ਉਹਨਾਂ ਨੂੰ ਪਿੱਕ ਕਰਕੇ ਫਿਰ ਆਪਾਂ ਗਾਂਹ ਚੱਲਦੇ ਹਾਂ ਖਰੜ। ਸੋ ਬਣੇ ਰਹੋ ਸਾਡੇ ਨਾਲ। ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਜਾ ਕੇ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਉ ਬਾਈ, ਅਤੇ ਪਲੀਜ਼ ਯਾਰ ਵਲੌਗਸ ਪੂਰੇ ਦੇਖ ਲਿਆ ਕਰੋ, ਠੀਕ ਹੈ? ਅਤੇ ਮਿਲਦੇ ਹਾਂ ਬਾਈ ਅੱਗੇ ਜਾ ਕੇ। ਲਓ ਜੀ, ਅਵਤਾਰ ਬਾਈ 'ਤੇ ਪਹੁੰਚਿਆ ਹੋਇਆ ਟਾਈਮ ਸਿਰ। ਸਾਡਾ ਇੱਕ ਬੰਦਾ ਟਾਈਮ 'ਤੇ ਕਦੇ ਵੀ ਨਹੀਂ ਆਉਂਦਾ ਬਾਈ, ਕਦੇ ਵੀ ਨਹੀਂ ਆਉਂਦਾ। ਹੁਣ ਮੈਂ ਕਿਆ ਕਹਾਂ ਉਹਨੂੰ, ਕੀ ਨਾ ਕਹਾਂ। ਦੇਖ ਲਓ, ਮੈਂ ਐਡੀ ਦੂਰੋਂ ਚੰਡੀਗੜ੍ਹ ਦੇ ਲਾਸਟ ਕੋਨੇ ਤੋਂ ਮੋਹਾਲੀ ਪਹੁੰਚ ਗਿਆ, ਅਤੇ ਬੰਦਾ ਆਪਣੇ ਘਰ ਤੋਂ ਬਾਹਰ ਨਹੀਂ ਆਇਆ। ਆਹ ਦੇਖੋ ਜੀ, ਡਾਇਰੈਕਟਰ ਸਾਹਿਬ ਨਿਕਲ ਰਹੇ ਨੇ ਹੁਣ ਆਪਣੇ ਘਰ ਤੋਂ। ਜਿਹੜੀ ਲੋਕੇਸ਼ਨ 'ਚ ਅਸੀਂ ਆ ਰਹੇ ਹਾਂ ਨਾ, ਇਹ ਪੂਰੇ ਪਿੰਡ 'ਚ ਹੈ। ਆਹ ਇੱਧਰ ਦੇਖੋ, ਟੋਭਾ ਟਾਭਾ ਪੂਰਾ ਬਈ। ਇਹ ਕਿਹੜੀ ਲੋਕੇਸ਼ਨ 'ਤੇ ਆਪਾਂ ਚੱਲੇ ਹਾਂ? HLV ਫਿਲਮ ਸਿਟੀ। HLV ਫਿਲਮ ਸਿਟੀ ਚੱਲੇ ਹਾਂ ਬਈ। ਇਹ ਥੋੜ੍ਹਾ ਸੁਣਨ 'ਚ ਆ ਵੀ ਇਹ ਪ੍ਰੀਮੀਅਮ ਹੈ ਥੋੜ੍ਹੀ ਜਿਹੀ ਲੋਕੇਸ਼ਨ, ਬਾਕੀ ਦੇਖਦੇ ਹਾਂ ਜਾ ਕੇ। ਅਸੀਂ ਆ ਗਏ ਹਾਂ ਬਈ, ਆਪਾਂ ਐਂਟਰ ਹੋਣ ਲੱਗਿਆ ਹੁਣ। ਇਹ ਹੈਗੀ ਆ ਫਿਲਮ ਸਿਟੀ। ਲੋ ਵੀ ਅੰਦਰ ਆ ਕੇ ਬਹਿ ਗਏ ਹਾਂ। ਰਿਸੈਪਸ਼ਨ 'ਤੇ ਬਿਠਾ ਤਾ ਸਾਨੂੰ, ਹੁਣ ਸ਼ਾਇਦ ਕੋਈ ਗੱਲਬਾਤ ਪੁੱਛਣਗੇ ਪਹਿਲਾਂ ਵੀ ਸ਼ੂਟ ਕਿਹੜਾ ਕਰਨਾ, ਕੀ ਕਰਨਾ, ਕੀ ਨਹੀਂ। ਸੋ ਦੇਖਦੇ ਹਾਂ ਇੱਕ ਵਾਰੀ ਕੀ ਬਣਦਾ ਇੱਥੇ। ਤਾਂ ਬਈ ਇਹ ਲੋਕੇਸ਼ਨ ਆ ਦੇਖੋ, ਸਾਰੀ ਲੋਕੇਸ਼ਨ ਆ ਬਈ। ਮੈਂ ਪੁੱਛਿਆ, ਮੈਂ ਕਿਹਾ ਗੱਡੀ ਵਿੱਚ ਆ? ਕਹਿੰਦੇ ਨਹੀਂ, ਗੱਡੀ ਪਰਸਨਲ ਆ। ਮੈਂ ਕਿਹਾ ਚੱਲ ਕੋਈ ਚੱਕਰ ਨਹੀਂ, ਆ ਜੂਗੀ ਕਦੇ ਨਾ ਕਦੇ। ਸੋ ਇੱਕ ਇਹ ਆ, ਇਹ ਥੋੜ੍ਹਾ ਜਿਹਾ ਅਰਬਨ ਸਟਾਈਲ ਆ, ਬਾਹਰਲੀ ਬਣਾਈ ਹੋਈ ਆ। ਇੱਕ ਇੱਧਰ ਆ ਚੀਜ਼, ਆ ਦੇਖੋ। ਅੱਛਾ, ਸੈੱਟ ਅੰਦਰ ਬਣਾਇਆ ਹੋਇਆ। ਓਕੇ, ਇਹ ਮੁਗਲ ਟਾਈਪ ਕੁਛ ਹੈ ਨਾ, ਬਲੌਕ ਬਣਾਏ ਹੋਏ ਨੇ ਬਾਈ ਉਹਨਾਂ ਨੇ ਸਾਰਾ। ਆ ਜੀ ਜੀ, ਓਕੇ, ਇਹ ਬੈਡਰੂਮ ਬਣਦਾ ਹੈ ਨਾ, ਇੱਥੋਂ ਸਮਾਨ ਹਜੇ ਚੱਕਿਆ ਹੋਇਆ। ਦਿਸ ਇਜ਼ ਲਾਈਬ੍ਰੇਰੀ, ਹਾਲੇ ਫਿਲਹਾਲ ਉੱਦਾਂ ਖਾਲੀ ਆ। ਇਹ ਥੋੜ੍ਹਾ ਉਹ ਬਣ ਰਿਹਾ ਐਰੋਪਲੇਨ ਟਾਈਪ, ਇਹ ਥੋੜ੍ਹਾ ਜਿਹਾ ਜਹਾਜ਼ ਟਾਈਪ ਬਣਾ ਰਹੇ ਨੇ ਇਸ ਨੂੰ ਬਾਹਰੋਂ ਇੱਦਾਂ ਆ। ਹਾਂ, ਮੈਂ ਉਹੀ ਚੀਜ਼ ਮੈਂ ਦੇਖ ਕੇ ਅੰਦਾਜ਼ਾ ਲਾ ਲਿਆ ਸੀਗਾ। ਇਹ ਥੋੜ੍ਹਾ ਜਿਹਾ, ਇਹ ਵਾਈਟ ਅਤੇ ਬਲੈਕ ਬੈਕਗਰਾਊਂਡ ਆ ਸਿੰਕ ਵਾਸਤੇ ਪ੍ਰੋਪਰਲੀ। ਸੋ ਇਹ ਚੀਜ਼ਾਂ ਨੇ ਇਹ ਸਾਰੀ। ਅਰਬ ਕੰਟਰੀ 'ਚ ਆ ਗਏ, ਦੁਬਈ ਆ ਗਏ ਬਾਈ। ਪੂਰੀ ਫੀਲ ਉੱਦਾਂ ਦੀ ਰੱਖੀ ਹੈ ਬਾਈ ਉਹਨਾਂ ਨੇ ਟੱਚ। ਅਤੇ ਉਧਰਲੀ ਸਾਈਡ ਟ੍ਰੇਨ ਵੀ ਆ, ਉਹ ਤੁਹਾਨੂੰ ਦਿਖਾਵਾਂਗੇ। ਵੀਰੇ ਮੈਂ ਉਹੀ ਕਹਿ ਰਿਹਾ, ਹਲੇ ਅੰਦਰ ਚੱਲੀ ਜਾਂਦਾ ਬਾਈ। ਹਾਂ ਦੇਖੋ, ਆਟੋ ਭੱਜ ਰਹੀ ਹੈ ਫੁੱਲਾਂ 'ਤੇ, ਇੱਥੇ ਸੈਕਟ ਚੱਲ ਰਿਹਾ ਹਲੇ। ਬਈ ਪੂਰਾ ਕਰੋਮਾ ਹੋਲ, ਜਿਵੇਂ ਗ੍ਰੀਨਰੀ 'ਤੇ ਆਪਾਂ ਖੇਲਣਾ ਹੋਵੇ ਕੁਛ, ਉਹ ਚੀਜ਼ ਵਾਸਤੇ ਸਾਰਾ ਆ। ਵਾਹ ਬਈ, ਸਟੇਸ਼ਨ ਬਣਾਇਆ ਹੋਇਆ ਪ੍ਰੋਪਰ, ਕੱਡਾ ਸਾਈਕਲ ਹੈ, ਸਾਰੇ ਪੁਲਿਸ ਬੂਥ, ਟ੍ਰੇਨ ਦੇ ਓਰੀਜਨਲ ਡੱਬੇ ਖੜਾ ਰੱਖੇ ਆ ਬਾਈ ਉਹਨਾਂ ਨੇ। ਅੱਛਾ, ਇਹ ਭਾਅ ਜੀ ਵੈਸੇ ਬਣੀ ਹੈ ਨਾ ਇੱਥੇ, ਲਿਆਂਦੀ ਤਾਂ ਨਹੀਂ ਹੈਗੀ ਵੈਸੇ ਉੱਦਾਂ।
इंजन आ बई इहदा आ लो जी पंजाब पुलिस दे बैरीगेट ये थोड़ी थोड़ी जी ओह जड़े तिब्बती होंदे ने उन्हां दी बना रखी है सामने शोरूम बनाए हुए ने जिधर नूं असीं आए सीगे ओही लोकेशन है बाकी ये बैकयार्ड बना रखे ने इधरली साइड बैठन बुठन ते हुण आपां चलदे हां अगे आ चीज़ बड़ी घैंट बनाई हुई है इन्होंने आई थिंक ये होस्पिटल टाइप है आ देखो निशान तो तुहानूं पता लग गया होना ये होस्पिटल है प्रोपर मेडिसिन का बना रखा है फार्मेस बई मैं कहना इन्हों का जे करोना कराना इन्हों का उरी पै गए होने आराम हाँ बई पूरा बल्ले पुलिस स्टेशन प्रोपर बनया हुआ देख सकते हैं तो इनू कहने बई पुलिस स्टेशन ये जेल बनाई हुई है प्रोपर सही है इत जो भी अपना अंदर रिमांड के बंद बुलाया जाता है कि नहीं भाई बहुत वधिया बहुत ये फिर नाल ही अदालत बनाई हुई है इन्होंने कोर्ट अभी कोर्ट च भी एंटर करो चलो भाई लोकेशन तो आप देख ली चंगी तरह तो सीरियसली यार बाबा मतलब रेट है इनका साढ़ा एक एक ब्लॉग दो दो ढाई ढाई लाख का है दो दो ढाई ढाई लाख का ब्लॉग भाई भाई बहुत महंगा है तो यार ये वाला काम औखा है ना बई भाई सानू तो कोई क्लबे लभना पैना बई आप आ गए लोकेशन देख के तो तुम सारी लोकेशन देख ली आ तो इन्हों रेट बहुत हाई है बई सीधी जी गल आ एक एक ब्लॉग थोनू दो दो लख ढाई ढाई लख इतों तक कि वह स्टेशन थोनू दिखाया सीगा वह ढाई लख का है तो स्ट्रीट थोनू दिखाई सी वह दो लख की है पुलिस स्टेशन कला पुलिस स्टेशन ही 70-80 हज़ार का वह थोनू मतलब कि आ ला लो छोटी जी गल आ भी इतने नॉर्मल भी रेट है ना जो नॉर्मल भी 25-30 हज़ार तो छोटे छोटे जे ब्लॉग ने भी जो दे रहे हैं बई तो होर जे कम मतलब कम दे है ही नहीं चलो सा आ ला लो इतने बई जो इन्होंने हूँ साड़ी बाद बैठ के गल हुई है ये कहें भी इतने मोस्टली कंपनियां ही गाने कर दया ने तो लोकेशन का ही घट्टों घट 3-4 लाख रुपये तो लोकेशन का ही बना दें हूँ तुम सोच लो फिर गाँव कितने पहुँचता होना तो गाने का तो बाकी खर्चा तो हजे लाया ही नहीं है आ गया देखते हैं भाई लोकेशन तो की मिलता ये कोठी भी कहते नाल ही दे दें चलो जी पोर्श तो बाद तुसी ओल्ड लोकेशन पर आ गए हो भाई ये एंट्री है दी इत्थे ग्रीन ब्लैक सैट है ग्रीन है वाइट है जो कि पेंट होने लग गया हले ये भाजी ग्रीन करन लग गया इनू अच्छा हूँ वाइट करन लग गया इनू सो इधर भाई लोकेशन च वो सामने वाली एक कोठी है बस आई तो होर कुछ नहीं है होर सिर्फ आ बहर इन्ना कुछ खास है नहीं इत जी इत मेन है मेन इतने ये कह रहे हैं कि सिर्फ ब्लैक एंड वाइट है इन्हों को ते उदा उही फिर रेट उस हिसाब नाल फिर उदा कोई तुक बनता नहीं है भी एक लोकेशन दे लई असी इन्ना क मतलब इन्ना खर्चा करिए ते बाकी जिथे तक मैं पहले ही गाने किते हैं फिर ते उत्थे ही गल पैगी भी हाँ उन्ना ही फिर दुआरे मतलब खर्चा तो उन्ना ही है फिर सारी जगह ही बट जिहड़ा असी हुण देख के आए हैं पहला देख के आए हैं फिल्म सिटी वह कुछ ज़्यादा ही बड़ा दो दो लख ढाई ढाई लख मतलब आउट ऑफ बजट है वह बई हाले फिलहाल नहीं उस तो पहले हूँ सानू भुख लगी है हूँ असी जाके खावे परौंठे दीप कहता बहुत वधिया परौंठे बने हुए हैं एक जगह एक बहुत घैंट लोकेशन आते एक आंटी की भी बहुत सोहनी लोकेशन आ 70 च उधर उत्थे भी थोड़ा लेके जाऊँगा एक दिन हाँ जी बाबा जी चलिए फिर चलो जी हूँ आप चलते हैं बई परौंठे खान लो भी आप आ गए परौंठे खान तो आए हैं आप कितने अपने रसोई परौंठा आ गया
ਆਪਾਂ ਤਾਂ ਖਾਣਾ ਸ਼ੁਰੂ ਕਰਤਾ ਸੀਗਾ, ਵਲੌਗ ਬਣਾਉਣਾ ਭੁੱਲ ਗਏ ਸੀ ਬਾਈ। ਕਿੱਦਾਂ ਲੱਗਿਆ? ਮੈਂ ਬਾਅਦ 'ਚ ਦਿੰਦਾ ਰਿਵਿਊ, ਹਲੇ ਪਹਿਲਾਂ ਮੈਂ ਖਾ ਲੈਂਦਾ। ਲਓ ਜੀ ਪਰੌਂਠੇ ਆਪਾਂ ਖਾ ਲਏ, ਪਰ ਬਈ ਮੈਂ ਟੂ ਬੀ ਓਨੈਸਟਲੀ ਕਹਾਂ, ਮੈਨੂੰ ਤਾਂ ਨਹੀਂ ਬਈ ਪਰੌਂਠਾ ਵਰਥ ਲੱਗਿਆ। ਪਿਆਜ ਭਰੇ ਵੇ ਅਤੇ ਪਨੀਰ ਬਹੁਤ ਘੱਟ ਤਾ। ਬਾਕੀ ਬਾਈ ਉਹਨਾਂ ਤੋਂ ਪੁੱਛਦੇ ਹਾਂ ਕੀ ਰਿਵਿਊ ਆ ਬਾਈ। ਬਾਈ ਪਤਾ ਨਹੀਂ ਮੈਨੂੰ ਸਹੀ ਲੱਗਿਆ ਬਾਈ, ਉਹਨਾਂ ਨੂੰ ਵਧੀਆ ਲੱਗਿਆ ਬਾਈ, ਬਾਈ ਆਪਾਂ ਨੂੰ ਵਧੀਆ ਸਰਾ ਲੱਗਿਆ ਬਾਈ। ਬਾਕੀ ਆਪਾਂ ਸੈਟਿਸਫਾਈ ਨਹੀਂ ਹੈਗੇ, ਮੈਂ ਸੈਟਿਸਫਾਈ ਹਾਂ। ਇੱਕ ਜਗ੍ਹਾ ਜਾਊਂਗਾ ਮੈਂ ਤੁਹਾਨੂੰ ਦਿਖਾਊਂਗਾ, ਉਹ ਆਂਟੀ ਦੇ ਪਰੌਂਠੇ, ਪਿਆਜ ਭਰ ਕੇ ਅਤੇ ਦੋ ਪਰੌਂਠੇ ਅਤੇ ਇੱਕ ਰਾਇਤਾ 90 ਰੁਪਏ। ਅਤੇ ਜਿੱਥੇ ਮੈਂ ਆਂਟੀ ਨੂੰ ਦਿਖਾਊਂਗਾ ਤੁਹਾਨੂੰ, ਉੱਥੇ ਤੁਸੀਂ ਰਾਇਤਾ ਦੁਬਾਰਾ ਵੀ ਰਿਫਿਲ ਕਰਾ ਸਕਦੇ ਹੋ ਵਧੀਆ ਤਰੀਕੇ ਨਾਲ। ਪਰ ਉਹਨਾਂ ਦਾ 35 ਰੁਪਏ ਰੇਟ ਹੈ ਆਈ ਥਿੰਕ, ਜਿਹੜਾ ਅਸੀਂ ਖਾਂਦੇ ਹਾਂ ਪਰੌਂਠਾ। ਉੱਥੇ ਵੀ ਲੈ ਕੇ ਜਾਵਾਂਗੇ ਤੁਹਾਨੂੰ ਬਾਈ। ਜਿਹੜਾ ਬ੍ਰਾਂਡ ਅਸੀਂ ਲੱਭ ਰਹੇ ਹਾਂ ਉਹ ਹੈਗਾ ਆ ਜ਼ੂਡੀਓ, ਅਤੇ ਆਈ ਥਿੰਕ ਬਾਈ ਇਹਨਾਂ 'ਚ ਦੇਖਿਓ ਲਿਖਿਆ ਹੋਇਆ ਕਿੱਥੇ ਜ਼ੂਡੀਓ, ਇੱਥੇ ਤਾਂ ਦਿਖਾ ਰਿਹਾ, ਜੇ ਅੰਦਰ ਨਾ ਹੋਇਆ ਫਿਰ ਚਲੋ ਬਾਈ ਫਿਰ ਮਾਰ ਲੈਂਦੇ ਹਾਂ ਗੇੜੀ ਇੱਕ ਵਾਰ, ਤੁਹਾਨੂੰ ਵੀ ਦਿਖਾਉਂਦੇ ਹਾਂ ਜੇ ਤਾਂ ਮਿਲ ਗਿਆ ਬਾਈ। ਬਹੁਤ ਰੀਜ਼ਨੇਬਲ ਅਤੇ ਬਹੁਤ ਘੈਂਟ ਬ੍ਰਾਂਡ ਆ। ਲਓ ਬਈ ਅਸੀਂ ਸਿਕਿਉਰਿਟੀ ਗਾਰਡਾਂ ਤੋਂ ਕਰ ਲਿਆ ਪਤਾ ਕਿ ਜ਼ੂਡੀਓ ਇੱਥੇ ਹੈਗਾ ਆ ਅਤੇ ਸੈਕਿੰਡ ਫਲੋਰ 'ਤੇ ਆ, ਅਤੇ ਹੁਣ ਜਾ ਕੇ ਐਕਸਪਲੋਰ ਕਰਦੇ ਹਾਂ ਅਸੀਂ। ਸੈਕਿੰਡ ਫਲੋਰ 'ਤੇ ਚੱਲੇ ਮਸਕੰਡੇ, ਓ ਮਾਈ ਗੋਡ, ਕਿਸ ਨੇ ਖੋਲ ਦੀ ਸਾਡੀ ਲਿਫਟ ਬਈ, ਭੂਤ ਭਾਤ ਹੈ ਇਸ 'ਚ ਬਈ। ਗੱਲ ਇੱਦਾਂ ਕਿ ਇੱਥੇ ਹੈਗਾ ਨਹੀਂ ਜ਼ੂਡੀਓ, ਅਸੀਂ ਰਿਸੈਪਸ਼ਨ 'ਤੇ ਵੀ ਪਤਾ ਕਰ ਲਿਆ, ਅਤੇ ਕੋਈ ਵੀ ਇੱਥੇ ਨਾ ਆਇਓ ਭਾਈ, ਵੀ ਆਰ ਮੋਲ ਕੋਈ ਵੀ ਨਾ ਆਇਓ। ਹੁਣ ਆਪਾਂ ਵੈਸੇ ਫਿਲਹਾਲ H&M ਚੱਲਦੇ ਹਾਂ, ਕੁਛ ਦੇਖਦੇ ਹਾਂ, ਜੇ ਕੁਛ ਪਸੰਦ ਆ ਗਿਆ ਤਾਂ ਲੈ ਲਾਂਗੇ। ਇਹ ਮੁੰਡਿਆਂ ਦਾ ਸੈਸ਼ਨ ਆ ਗਿਆ, ਸ਼ਰਟ ਦੇਖੋ ਚੈੱਕ ਕਰੋ, ਮੈਨੂੰ ਆਹ ਟੀ ਸ਼ਰਟ ਘੈਂਟ ਲੱਗੀ। ਘੈਂਟ ਤੇ ਸਾਰੇ ਸ਼ੋਰਟਸ ਨੇ, ਫੋਰਮਲ ਸੈਸ਼ਨ ਹੈ, ਪੈਂਟ ਕੋਟ ਆ ਗਏ ਸਾਰੇ। ਇੱਧਰ ਵੀ ਘੈਂਟ ਆ ਚੀਜ਼, ਆਹ ਟੀ ਸ਼ਰਟ ਵੀ ਬੰਬ ਲੱਗ ਰਹੀ ਹੈ। ਉਹ ਵੀ ਸਾਡੇ ਪੱਲੇ ਦਾ ਕੱਖ ਨਹੀਂ ਹੈਗਾ ਬਾਈ, ਜ਼ੂਡੀਓ ਜਿਹਦੇ ਕਰਕੇ ਆਏ ਸੀਗੇ ਉਹ ਹੈ ਨਹੀਂ। ਵੀ ਆਰ ਪੰਜਾਬ ਤਾਂ ਭਾਈ ਆਏ ਉਹਨਾਂ ਜ਼ੂਡੀਓ ਵਾਲੇ, ਅਤੇ ਇੱਕ ਜ਼ੂਡੀਓ ਹੈਗਾ ਉਹ ਆਪਣੇ ਪੰਚਕੂਲੇ ਆ, ਕਿਹੜਾ ਸੈਕਟਰ ਸੀਗਾ ਉਹ, 11 ਸੈਕਟਰ 'ਚ ਆ, ਅਤੇ ਉਹਦੀ ਮਾਰਕੀਟ ਦੇ ਵਿੱਚ ਆ ਜ਼ੂਡੀਓ। ਤੁਸੀਂ ਪਾ ਕੇ ਸਰਚ ਕਰਕੇ ਚਲੇ ਜਿਓ, ਇੱਥੇ ਸਰਚ ਕਰਕੇ ਆਉਂਗੇ ਬਈ ਇੱਥੇ ਨਹੀਂ ਮਿਲਣਾ ਤੁਹਾਨੂੰ ਬਈ, ਸਿੱਧੀ ਜਿਹੀ ਗੱਲ ਆ। ਵੀ ਆਰ ਹੋ ਗਿਆ ਗਰੀਬ, ਇੱਥੇ ਹੁਣ ਓਨੀ ਰੌਣਕ ਨਹੀਂ ਹੈਗੀ ਬਈ, ਲਿਫਟ ਤੋਂ ਚੱਲਦੇ ਹਾਂ ਥੱਲੇ ਜਾਣਾ ਅਸੀਂ ਬਿਲਕੁਲ। ਆਪਾਂ ਯਾਰ ਸਾਰਾ ਮੋਹਾਲੀ ਦੇਖ ਲਿਆ, ਪਰ ਮੋਹਾਲੀ 'ਚ ਆਪਾਂ ਨੂੰ ਮਿਲਿਆ ਨਹੀਂ ਹੈਗਾ ਕਿਤੇ ਵੀ, ਅਤੇ ਸਟੋਰ ਆਪਾਂ ਹੁਣ ਚੱਲੇ ਹਾਂ ਜ਼ੀਰਕਪੁਰ, ਮੋਹਾਲੀ 'ਚ ਤਾਂ ਦੇਖ ਲਿਆ, ਅਤੇ ਹੁਣ ਜ਼ੀਰਕਪੁਰ ਦੇਖਦੇ ਹਾਂ। ਜੇ ਲੋਕੇਸ਼ਨ 'ਚ ਤਾਂ ਦਿਖਾ ਰਿਹਾ ਕਿ ਅਵੇਲੇਬਲ ਹੈਗਾ, ਬਟ ਲੋਕੇਸ਼ਨ 'ਚ ਮੋਹਾਲੀ 'ਚ ਵੀ ਦੋ ਤਿੰਨ ਜਗ੍ਹਾ ਦਿਖਾਉਂਦਾ ਆ ਵੀ ਅਵੇਲੇਬਲ ਹੈਗਾ, ਬਟ ਹੁੰਦਾ ਨਹੀਂ ਹੈਗਾ। ਬੜੀ ਮੁਸ਼ੱਕਤ ਕਰਨ ਤੋਂ ਬਾਅਦ ਸਾਨੂੰ ਜ਼ੀਰਕਪੁਰ VIP ਰੋਡ, ਉਸ 'ਤੇ ਦਿਖਿਆ ਜ਼ੂਡੀਓ, ਉਹ ਰਿਹਾ ਸਾਹਮਣੇ। ਇਹ ਬਸ ਓਪਨ ਹੋਵੇ, ਹੈਗਾ ਤਾਂ ਹੈ ਓਪਨ ਵੈਸੇ, ਗੱਡੀ ਯਾਰ ਨਾ ਫਿਰ ਲਾਸਟ 'ਚ ਬਾਹਰ ਹੀ ਲਾ ਕੇ ਆਉਣੀ ਪਈ ਆਪਾਂ ਨੂੰ, ਬਾਕੀ ਕੋਈ ਚੱਕਰ ਨਹੀਂ, ਹੁਣ ਜਾ ਕੇ ਦੇਖਦੇ ਹਾਂ। ਆਇਆ ਜੀ ਸਾਰਾ ਸੈਕਸ਼ਨ ਹੈ, ਸਾਰਾ ਆਪਣਾ ਹੋਊਗਾ ਉੱਪਰ, ਹੈ ਨਾ ਬੋਇਜ਼ ਲਈ ਬਈ ਉੱਪਰ ਹੀ ਹੈ, ਜਿੱਦਾਂ ਕਿ ਸੇਮ ਪੰਚਕੂਲੇ 'ਚ ਸੈਕਸ਼ਨ ਸ਼ੁਰੂ ਹੋ ਗਿਆ ਬੋਇਜ਼ ਦਾ। ਦੇਖੋ ਦੇਖੋ ਤੁਸੀਂ ਸਾਰਾ, ਬਹੁਤ ਵਧੀਆ ਬਈ, ਮਸਟ ਵਿਜਿਟ ਕਰਿਓ ਇੱਕ ਵਾਰ ਇੱਥੇ, ਅਤੇ ਰੀਜਨੇਬਲ ਪ੍ਰਾਈਜ਼। ਲੈ ਆਹ ਟੀ ਸ਼ਰਟ ਦੇਖ ਲਓ, ਆਮ ਲਓ ਇਹ ਜੈਕਟ ਦੇਖੋ ਤੁਸੀਂ, ਮਾਤਰ 999। ਇੱਧਰ ਸਾਰਾ ਸੈਕਸ਼ਨ ਆ ਆ, ਬੱਚਿਆਂ ਦੇ ਵੀ ਨੇ ਇੱਥੇ। ਆਹ ਦੇਖੋ ਇੱਕ ਮੈਂ ਆਹ ਲਿੱਤਾ, ਅਤੇ ਇਹਦਾ ਮਾਤਰ ਪ੍ਰਾਈਜ਼ ਪਤਾ ਕਿੰਨਾ? ਆ ਲਓ 999। ਉਸ ਤੋਂ ਬਾਅਦ ਆਹ ਦੇਖੋ ਆਹ ਸ਼ੂਜ਼ ਕਿੰਨਾ ਘੈਂਟ ਆ, ਇਹਦਾ ਪ੍ਰਾਈਜ਼ ਕਿੰਨਾ? ਲਓ ਜੀ 999। ਯਾਰ ਹੋਰ ਕੀ ਭਾਲਦੇ ਆਪਾਂ,
इन्ना सस्ता मिल रहा है, इन्ना वधिया। आ देखो ये शूज़ पे, आ देखो मात्र 999 आ शूज़ है, मात्र 999। सो मैनू वैसे पसंद नहीं आई शर्ट, बट मैं शूज़ पसंद आए। आप शूज़ लैके चले हैं, दो मैं पहला लै चुके हैं, एक मैं उधरों मिले नहीं सीगा पंचकूले तो, वो आप हम लैके चले हैं। चलो भाई लो भी हो गई अपनी शॉपिंग। सो आज ही अज का डे साडा। सो किदां लग्या व्लॉग जरूर दस्यो, लाइक शेयर कमेंट जरूर करो, तो जिहड़े नवे जुड़े ने सबसक्राइब करो। सो मिलते हैं अगले व्लॉग के, टेक केयर, बाय बाय, स्टे ट्यून।